अच्छा रेडी ਤੇ ਕਰਾਏ ਦੀ ਹੈ ਤੇ ਆ ਡੱਬਾ ਡੱਬਾ ਵੀ ਕਰਾਏ ਦਾ ਜੀ ਡੱਬਾ ਵੀ ਕਰਾਏ ਦਾ ਵਾ ਹਾਂਜੀ 200 ਰੁਪਿਆ ਦੇਣਾ ਜੀ ਹਫਤੇ ਦਾ ਰੇੜੀ ਦਾ ਕਿਰਾਇਆ ਅਲੱਗ ਹਾਂਜੀ 1400 ਰੁਪਿਆ ਦਾ ਕਿਰਾਇਆ ਅਲੱਗ ਹਾਂਜੀ 200 1400 ਰੁਪਿਆ ਕੱਢੀ ਦਾ ਜੀ ਤੇ ਮੇਰਾ ਵੀ ਤੋਂ ਮਹੀਨੇ ਦਾ 1400 ਰੁਪਿਆ ਕੱਢਦਾ ਵਾਂ ਫਿਰ ਪਿੱਛੇ ਕੀ ਤੇ ਬਚਦਾ ਵਾ ਬਾਜੀ ਫਿਰ ਅੱਲਾ ਦੀ ਮਰਜ਼ੀ ਹੈ ਜਿਹੜਾ ਬਚਦੇ ਖਾ ਲਈਦੇ ਆ ਬੱਚਿਆਂ ਨੂੰ ਖਵਾ ਲਈਦੇ ਆ ਨਵਾਜ਼ ਸਾਹਿਬ ਅੱਜ ਅੱਲਾ ਪਾਕ ਨੇ ਨਾ ਮੌਸਮ ਬਹੁਤ ਅੱਛਾ ਕੀਤਾ ਹੈ ਬੜਾ ਖੁਸ਼ਗਵਾਰ ਮੌਸਮ ਆ ਔਰ ਸਾਨੂੰ ਇੱਕ ਸਾਹਮਣੇ ਹੱਕਦਾਰ ਵੀ ਨਜ਼ਰ ਆ ਗਿਆ ਜੀ और महल्ले च ये आके ना इस वक्त बच्चे भी बाहर निकले होंगे ने ते गोल गप्पियां दी रेड़ी जे और पता नहीं केड़ियां सोचा च खड़ा वा सुबह दी कोई सेल भी हुई है कि नहीं हुई ना सब इन्हां नूं मिलना चाहिए है अस्सलाम वालेकुम की हाल ठीक ठाक जी की नाम जी अपना तनवीर जी तनवीर जी ते ये की बेचते पए गोल गप्पे बेच गोल गप्पे जी अच्छा ਐਸ ਮੌਸਮ ਵੀ ਗੋਲ ਗੱਪੇ ਅੱਗੇ ਤੱਕੇ ਠੰਡ ਹੋਈ ਇਥੋਂ ਬਸ ਜੀ ਅੱਲਾ ਦੀ ਮਰਜ਼ੀ ਆ ਜੀ ਨਹੀਂ ਤੇ ਲੋਕਾਂ ਨੂੰ ਖਾਂਗੇ ਲਾਉਣੀ ਹੈ ਖੱਟਾ ਪਿਆ ਪਿਆ ਕੇ ਬੱਚਿਆਂ ਦਾ ਰਿਜ਼ਕ ਤੇ ਕਮਾਉਣਾ ਹੈ ਜੀ ਕਿਸੇ ਤਰੀਕੇ ਤੇ ਕਿਤਨੇ ਪੈਸੇ ਦੇ ਕਮਾਏ 300-400 ਰੁਪਇਆ ਫੜਿਆ ਜੀ ਫੜਿਆ ਵਾ ਹਾਂਜੀ ਕਿਤੇ ਉੱਡਦਾ ਪਿਆ ਸੀਗਾ ਨਹੀਂ ਬੱਚਿਆਂ ਕੋ ਫੜਿਆ ਅੱਛਾ 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 ਇਹ ਦੱਸੋ ਕਿ ਅੱਜ ਕਿੰਨੇ ਕੁ ਪੈਸੇ ਹੈ 250 ਰੁਪਇਆ ਕਮਾ ਲਏ ਹਾਂਜੀ 300-400 ਰੋਜ਼ ਕਿੰਨੇ ਕੁ ਪੈਸੇ ਕਮਾ ਲੈਂਦੇ ਹੋ 700-800 ਰੁਪਇਆ ਜੀ ਤਰ੍ਹਾਂ ਜੀ अच्छा ये रेड़ी अपनी है नहीं जी मैम जी किराए दी है जी किराए दी है हां जी कितना किराया देंदे जी मेरा 1200 रुपया देना है जी महीने का अच्छा ते ये चाय पे रोज दे हां जी हां बच्चे कितने जी चार बेटियां जी चार ही चार बेटियां जी बेटा कोई नहीं बेटा कोई अच्छा कोई नहीं अल्लाह पाक देगा ते घर का सिस्टम फिर किमे चल रहा बस यो मालिक दा मर्जी है जी चलाई जा रहा ओ मालिक थोड़ी दे रहा पोती दे रहा खान ने फिर भी मेरे वीर नु की मुश्किल आ बच्चे खा लीदे आ बच्चे नूं खवा लीदे आ अच्छा बच्चे पढ़दे ने हां जी बच्चे पढ़दे आ चार ही पढ़दे आ चार ही पढ़दे आ जी अच्छा बच्चियां पढ़ाना जरूर अच्छा हां जी ते पैर ते की होया जी एक्सीडेंट हो गया जी किदों मोटरसाइकिल ते अच्छा रेडी लाया खलोता ही मोटरसाइकिल आके बच्ची ओहो ये शुक्र करो बच गए हां जी ਤੇ ਕਿਦੋਂ ਹੋਇਆ ਸੀ ਐਕਸੀਡੈਂਟ 2 ਮਹੀਨੇ ਹੋ ਗਏ ਮੈਮ 2 ਮਹੀਨੇ ਹੋ ਗਏ ਨੇ ਅੱਛਾ ਉਸ ਤੋਂ ਬਾਅਦ ਤੇ ਕੀ ਮੁਸ਼ਕਲਾਂ ਆਈ ਮੁਸ਼ਕਲਾਂ ਇਹ ਹੀ ਉਹ ਕਹਿੰਦੇ ਪਲਸਟਰ ਕਰਕੇ ਨਾ ਤੇ ਘਰ ਰੈਸਟ ਕਰਨੀ ਪੈਣੀ ਅੱਛਾ ਤੇ ਫਿਰ ਘਰ ਦਾ ਸਰਕਟ ਨਹੀਂ ਚੜਦਾ ਹੈ ਹਜੇ ਵੀ ਆਪਾਂ ਉਹ ਸਹੀ ਨਹੀਂ ਨਹੀਂ ਜੀ ਕਹਿੰਦੇ ਪਲਸਟਰ ਕਰਾਉਣਾ ਤੇ ਫੇਰ ਅੱਛਾ ਹਾਂਜੀ ਤੇ ਮੈਂ ਤੁਰਿਆ ਫਿਰ ਤੇ ਇਦਾਂ ਹੀ ਉਹ ਅੱਲਾ ਦੇ ਆਸਰੇ ਤੇ ਅੱਛਾ ਅੱਛਾ ਅੱਲਾ ਪਾਕ ਤੇਰੀ ਹਿਫਾਜ਼ਤ ਕਰੇ ਤੇ ਤੁਸੀਂ ਕੀ ਚਾਹੁੰਦੇ ਜੇ ਤੁਹਾਡੇ ਕਿਸ ਤਰ੍ਹਾਂ ਸਪੋਰਟ ਹੋਵੇ ਹੈ ਕਿਦਾਂ ਜ਼ਿੰਦਗੀ ਬਿਹਤਰ ਹੋ ਸਕਦੀ ਹੈ ਬਿਹਤਰ ਹੈ ਕਿ ਰੇੜੀ ਮਿਲ ਜੇ ਤੇ ਆਪਣਾ ਮਾ ਰੇੜੀ ਆਪਣੀ ਹੋ ਜਾਵੇ ਬਸ ਇਹ ਖੁਆਇਸ਼ ਹੈ ਇਹ ਖੁਆਇਸ਼ ਹੈ ਠੀਕ ਘਰ ਦਾ ਰਾਸ਼ਨ ਹੋ ਜੇ ਬਸ ਅੱਛਾ ਅੱਛਾ ਚਲੋ ਆਪਣਾ ਕਾਰੋਬਾਰ ਹੋ ਜਾਏਗਾ ਕੋਈ ਨਹੀਂ ਤੇ ਅਗਰ ਅੱਲਾ ਪਾਕ ਦੀ ਅੱਜ ਮਰਜ਼ੀ ਆ ਹੈ 700 ਕਮਾਈ ਦਾ 150 ਰੁਪਏ ਦੇ ਕਿਲੋ ਚੀਨੀ ਆ ਜੀ ਹਾਂ ਤੇ ਹੈ ਮਹਿੰਗਾਈ ਤੇ ਬਹੁਤ ਜ਼ਿਆਦਾ ਹੋ ਗਈ ਹੈ ਕਿਉਂ ਆ ਜੀ ਦੁੱਧ ਬੱਚਿਆਂ ਨੂੰ ਪੜਨ ਵਾਲੇ ਬੱਚੇ ਆ ਨਾ ਦੁੱਧ ਤੇ ਪਿਆਣਾ ਹੀ ਪਿਆਣਾ ਵਾ ਜੀ ਹਾਂ ਤੇ ਫਿਰ ਬੜਾ ਮੁਸ਼ਕਲ ਹੈ ਹਾਂਜੀ 150 ਦਾ ਦੁੱਧ ਲਈਦਾ ਕੋਈ ਜਿਹੜੇ ਬਚਦੇ ਆਪਣੇ ਆਲੂ ਲੂ ਲਿਆ ਕੇ ਤੇ ਗੁਜ਼ਾਰਾ ਕਰ ਲਈਦਾ ਅੱਛਾ ਅੱਛਾ ਆਲੂ ਤੋਂ ਹੈ ਤੇ ਉਲੂ ਗਿਆ ਆਲੂ ਹੈ ਹਾਂਜੀ ਆਲੂ ਲੂ ਲਿਆ ਕੇ ਅੱਛਾ ਉਲੂ ਤਾਂ ਅੰਦਰ ਸਾਹ ਬੈਠੇ ਹੈ ਆਲੂ ਉਲੂ ਅੱਛਾ ਇਹ ਸਮਾਨ ਅੱਜ ਲੈ ਕੇ ਕੋਲ ਗੱਪਿਆਂ ਦਾ ਨਿਕਲੇ ਜੇ ਦਿਖਾਓ ਭਲਾ ਸਮਾਨ अच्छा ओदे विच की जे ओदे विच की जे आलू है जी अच्छा ओच मसाला चल जी आ देखो ना इतना का सामान रोज बेचारा लेके आंदा वा और मैं हां इधर थोड़ा बर्फ लाई है चले एसी कीता नु ते ए गल है कि ने छुपा के रखया कि मक्खी मुखी ना बैठे इस गल नु समझदा वा अच्छा कूलर च की जे चटनी खट्टा खट्टा जी सही हो गया 10 रुपए ते किन्ने गोल गप्पे एक जी दो 10 रुपए दा 10 रुपए ते एक किस तरह एक 10 ਰੁਪਏ ਦਾ ਇੱਕ ਆ ਜੀ ਇਹ ਇੱਕ ਭਰ ਕੇ ਹਾਂਜੀ ਵਿੱਚ ਕੈਚੋ ਪਾਣੀ ਔਰ ਚਟਨੀ ਮਿੱਠੀ ਚਟਨੀ ਮਸਾਲਾ ਖੱਟਾ ਸ਼ਾਪਰ ਵੀ ਦੇਣਾ ਆਪਣੇ ਕੋ 10 ਰੁਪਏ ਚ ਕੀ ਬਾਜਦਾ ਜੀ ਬਣਾਵਾਂ ਇੱਕ ਪਲੇਟ ਅਗਰ ਹਮਾਰੀ ਵੀਡੀਓ ਪਸੰਦ ਆਤੀ ਹੈ ਤੋ ਲਾਈਕ ਕਰੇ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਤੇ ਕਲਿੱਕ ਕਰੇ ਤੇ ਮੇਰਾ ਵੀਰ ਚੀਜ਼ਾਂ ਵੀ ਤੂੰ ਨਾ ਮਤਲਬ ਕਿ ਉਸ ਹਿਸਾਬ ਦੀਆਂ ਰੱਖੀਆਂ ਵਾ ਬੱਚਿਆਂ ਨੂੰ ਮੱਖੀਆਂ ਮੁਖੀਆਂ ਤੋਂ ਵੀ ਬਚਾਉਣਾ ਵਾ ਸਾਰਾ ਕੁਝ ਕਰਨਾ ਇਹ ਇੱਕ ਜਿਹੜਾ ਨਾ ਇਹ 10 ਰੁਪਏ ਦਾ ਵਾ ਹਾਂਜੀ ਇਹਦੇ ਨਾਲ ਥੋੜਾ ਜਿਹਾ ਤੁਸੀਂ ਖੱਟਾ ਦੇ ਦਿੰਦੇ ਜੇ
जो मेरे दिल की ख्वाहिश आ मेरे बच्चों का रिज़्क़ तौर क्या अल्लाह पाक आज मेरी रेड़ी बदल दे मेरी किराए तो जान छोड़ जाए अल्लाह पाक मेरी रेड़ी बदल दे मेरी किराए तो जान छोड़ जाए वो 1400 रुपया जो मैं देना वा वो मेरे घर जाए जो मैं 1400 दिना जी घर जाए दिल की ख्वाहिश यही है चलो आओ फिर तुम्हारी दिल की ख्वाहिश अल्लाह पाक ने कबूल कर ली जी आओ जी माशाल्लाह रेड़ी पालिश हो गई अच्छा वेखदा पिया कि हाँ उधर कितने वेखदा जिन्नात लै गया रेड़ी सिर्फ तेरी अखा से मिस मिजम होया है तू दुआ नहीं मंगी मंगी ना कबूल होगी कि नहीं हो सकती कबूल हाँ जी हो सकती अल्लाह को जो मंगना देना देखो खोल के देखो भले आए भाई कि गोलगप्पे है गोलगप्पे खोल के देखो ना मैं भी है ये तो भरी पई है ऐसे की है ऐसे सारे माल मसाला वा है आलू वा और की है प्याज है हाँ टाटरी है जी चाट मसाला हाँ काला नमक ये तो बर्तन भी नवे हैं है वाह जी वाह सारा कुछ जो है ना धनिया वगैरह चने चीनी सारा कुछ अल्लाह पाक ने दे दिता है अपनी रेड़ी बन गई अपनी माशाल्लाह रेड़ी बन गई हाँ अल्लाह पाक की देन है ये अल्लाह पाक की देन है है एक मेहनत करने वाले दे एक चार बच्चियां दे बाप नू अल्लाह पाक ने अज यह बरकत दी है ताकि ये बरकत जी है ना अल्लाह पाक दी तरफों तुहानू मुबारक हो हाँ रेड़ी माशाल्लाह अच्छा देखो पहला बहुत जबरदस्त है देखो पहला नवे टायर हाँ अच्छा हैरान हो गया कि लोग पुराने टायर लाते सी वाकई नवे टायर ने रिम रूम हब्बा है अच्छा परेशान है तो खुश होया परेशान हो गया क्यों परेशान क्यों हो गल बहुत ज्यादा खुशी मिली वेख के भी अल्लाह पाक ताकत भी मत दे सारे ऐसा ही मदद करते रहो जफर भाई राशन लेके आओ राशन लेके आओ मेरा तेन कहने की जरूरत नहीं जगह बना फिर दाल चावल चीनी घी सारा कुछ है राह इंसान चैनल नू लाइक करें राहत इंसानियत तो मागी यार राहे इंसानियत राहत इंसानियत यार राहे इंसानियत मुड़ के तो फर्ज कहन दा बना राहे इंसानियत अच्छा कोई नहीं मैंने घबराया ओके चलो जी जूंदे वास्ते ओके जी अल्लाह हाफिज़।